ਕਈ ਕਈ ਮੰਜ਼ਲਾਂ ਵਾਲੇ ਘਰ ਬਣਾਉਣੇ ਸਭ ਦਾ ਸ਼ੌਂਕ ਹੁੰਦੇ ਨੇ ਤੇ ਵੇਖਣ ਨੂੰ ਵੀ ਬਹੁਤ ਸੋਹਣੇ ਲੱਗਦੇ ਨੇ। ਪਰ ਪੰਜਾਬ ਦਾ ਇੱਕ ਪਿੰਡ ਅਜਿਹਾ ਵੀ ਹੈ ਜਿੱਥੋਂ ਦੇ ਲੋਕ ਅਜਿਹਾ ਸੋਚ ਵੀ ਨਹੀਂ ਸਕਦੇ। ਨਾਭਾ ਬਲਾਕ ਦੇ ਪਿੰਡ ਸਰਾਜਪੁਰ ਤੋਂ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਪਿੰਡ 'ਚ ਕੋਈ ਵੀ ਚੁਬਾਰਾ ਨਹੀਂ ਪਾ ਸਕਦਾ। ਜੀ ਹਾਂ, ਠੀਕ ਸੁਣਿਆ ਤੁਸੀਂ, ਪਿੰਡ ਸਰਾਜਪੁਰ ਦੇ ਲੋਕ ਆਪਣੇ ਘਰ ਤੇ ਚੁਬਾਰਾ ਜਾਂ ਘਰ ਦੇ ਉੱਪਰ ਮਮਟੀ ਨਹੀਂ ਬਣਾ ਸਕਦੇ ਤੇ ਜਿਸਨੇ ਵੀ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਪਰਿਵਾਰ ਦਾ ਮੈਂਬਰ ਮੌਤ ਦੇ ਮੂੰਹ 'ਚ ਚਲਾ ਜਾਂਦਾ ਹੈ। ਕਾਫੀ ਟਾਈਮ ਪਹਿਲਾਂ ਇੱਥੇ ਕੋਈ ਬਜ਼ੁਰਗ ਆਏ ਸੀ ਤੇ ਉਹਨਾਂ ਨੂੰ ਦੱਸਿਆ ਸੀ ਵੀ ਜਿਹੜੇ ਪਿੰਡ ਨੂੰ ਸ਼ਰਾਬ ਮਿਲਿਆ ਹੋਇਆ ਤੇ ਚੁਬਾਰਾ ਤਾਂ ਪਊਗਾ ਜੇ ਅਸੀਂ ਪਿੰਡ ਦੇ ਕੋਈ ਨਗਰ ਖੇੜੇ ਵਿੱਚ ਜਾਂ ਕੋਈ ਜਿਹੜੇ ਪਿੰਡ ਦੇ ਵਿੱਚ ਮਾਈ ਰੱਜੀ ਬਣੀ ਹੋਈ ਆ ਤੇ ਵੀ ਉਹਦੇ ਕਰਕੇ ਵੀ ਸ਼ਾਇਦ ਤੁਸੀਂ ਉਹਨੂੰ ਉੱਚਾ ਚੱਕੋ ਤਾਂ ਆਪਣੇ ਪਿੰਡ ਚੁਬਾਰੇ ਪੈਣਗੇ। ਅਤੇ ਸਾਡੇ ਨਾਲ ਇੱਦਾਂ ਦੀ ਘਟਨਾ ਵਾਪਰੀ ਸੀ 2003 ਦੇ ਵਿੱਚ ਅਤੇ ਮੇਰੇ ਪਿਤਾ ਜੀ ਨੇ ਵੀ ਅਤੇ ਚੁਬਾਰਾ ਪਾਉਣ ਲੱਗੇ ਸੀ, ਪਾ ਲਿਆ ਸੀ ਐਕਚੁਅਲ ਵਿੱਚ ਅਤੇ ਪਾਉਣ ਤੋਂ ਕੁਛ ਕੁ ਸਮੇਂ ਬਾਅਦ ਜਦੋਂ ਹਜੇ ਤੱਕ ਘਰ ਕੰਪਲੀਟ ਨਹੀਂ ਹੋਇਆ ਸੀ ਅਤੇ ਉਹਨਾਂ ਦੀ ਮੌਤ ਹੋ ਗਈ ਸੀ। ਅਤੇ ਉਸ ਤੋਂ ਇਲਾਵਾ ਸਾਡੇ ਗਵਾਂਢ ਦੇ ਵਿੱਚ ਵੀ ਪਾਇਆ ਸੀ, ਉਹਨਾਂ ਨੇ ਪਾਇਆ, ਪਾਉਣ ਤੋਂ ਬਾਅਦ ਉਹਨਾਂ ਦੇ ਬੇਟੇ ਦੀ ਡੈਥ ਹੋ ਗਈ। ਇਸ ਕਰਕੇ ਚੱਲਦਿਆਂ ਇਹ ਸਾਰੇ ਪ੍ਰਕਿਰਿਆ ਚੱਲਦਿਆਂ ਨੂੰ ਕਾਫੀ ਲੰਬਾ ਸਮਾਂ ਹੋ ਗਿਆ ਅਤੇ ਪਿੰਡ ਵਾਸੀ ਜੇ ਕੋਈ ਕਰਦਾ ਵੀ ਆ, ਕਿਉਂਕਿ ਅਸੀਂ ਪੰਜਾਂ ਤਖਤਾਂ 'ਤੇ ਅਰਦਾਸ ਕਰਵਾ ਕੇ ਚੁਬਾਰਾ ਪਾਇਆ ਸੀ ਕਿਸੇ ਸੰਤ ਦੇ ਕਹਿਣ 'ਤੇ, ਚਲੋ ਬੇਸ਼ੱਕ ਮੈਂ ਇਹਨੂੰ ਇਹ ਚੀਜ਼ ਨਾਲ ਨਹੀਂ ਜੋੜਦਾ, ਪਰ ਕਿਸੇ ਹੱਦ ਤੱਕ ਜਿਹੜਾ ਪਿੰਡ 'ਚ ਲੋਕਾਂ 'ਚ ਸਹਿਮ ਆ ਉਹ ਸਹਿਮ ਇਸੇ ਗੱਲ ਕਰਕੇ ਵੀ ਸ਼ਾਇਦ ਕਿਤੇ ਨਾ ਕਿਤੇ ਜਿਹੜੀ ਇਹ ਮਿੱਥ ਆ ਇਹ ਸੱਚਾਈ ਵੱਲ ਹੈਗੀ ਆ। ਦੱਸਦੇ ਕਿਸੇ ਪਿੰਡ 'ਚ ਇੱਕ ਨਹੀਂ ਬਲਕਿ 5 ਪਰਿਵਾਰਾਂ ਨੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਪਰਿਵਾਰ ਦੇ ਮੈਂਬਰ ਸਦਾ ਲਈ ਉਹਨਾਂ ਤੋਂ ਵਿਛੜ ਗਏ ਤੇ ਫਿਰ ਉਹਨਾਂ ਪਰਿਵਾਰਾਂ ਨੇ ਚੁਬਾਰਾ ਢਾ ਕੇ ਹੀ ਸੁੱਖ ਦਾ ਸਾਹ ਲਿਆ। ਸਾਡੇ ਜੀ ਨਾ ਅਸਲ ਵਿੱਚ ਚੁਬਾਰਾ ਕਾਫੀ ਚਿਰ ਪਹਿਲਾਂ ਤੋਂ ਸਾਡੇ ਇਹ ਮੌਤ ਦਾ ਕਾਰਨ ਬਣ ਗਿਆ ਸੀਗਾ ਤੇ ਪਹਿਲਾਂ ਡੈਥ ਹੋ ਗਈ ਸੀ, ਉਸ ਤੋਂ ਬਾਅਦ ਤੇ ਲੋਕ ਸਾਡੇ ਚੁਬਾਰਾ ਪਾਉਣ ਤੋਂ ਹਟ ਗਏ। ਉਸ ਤੋਂ ਬਾਅਦ ਸਾਡੇ ਉਪਰਾਲਾ ਕੀਤਾ ਜੀ ਸਰਪੰਚ ਸਾਹਿਬ ਨੇ ਪਾਉਣ ਦਾ, ਸਰਪੰਚ ਨੇ ਉਪਰਾਲਾ ਕੀਤਾ, ਉਹਨੂੰ 3 ਕੁ ਮਹੀਨੇ ਹੋਏ ਸੀ ਸਰਪੰਚ ਨੂੰ ਬਣੇ ਨੂੰ ਅਤੇ ਇਹ ਭਾਈ ਸਾਹਿਬ ਖੜ੍ਹੇ ਨੇ ਸਰਪੰਚ ਸਾਹਿਬ ਦੇ ਅਤੇ ਉਸ ਪੱਥਰ ਲੈ ਕੇ ਆਇਆ ਉਹ ਚੁਬਾਰੇ ਲਈ ਅਤੇ ਉਹ ਪੱਥਰ ਦੇ ਥੱਲੇ ਆ ਗਿਆ, ਪੱਥਰ ਦੇ ਥੱਲੇ ਆਉਣ ਕਰਕੇ ਉਹਦੀ ਡੈਥ ਹੋ ਗਈ। ਅਤੇ ਉਸ ਟਾਈਮ ਇਹਨਾਂ ਨੇ ਬਹੁਤ ਪੁੱਛ ਕਿਸ ਕਰਕੇ ਮਤਲਬ ਅਰਦਾਸਾਂ ਕਰਾ ਕੇ ਵੀ ਚੁਬਾਰੇ ਦਾ ਸ਼ੁਰੂ ਕੀਤਾ ਸੀਗਾ ਅਤੇ ਜਦੋਂ ਇਹ ਪੱਥਰ ਥੱਲੇ ਆ ਗਿਆ ਸਾਡੇ ਪਿੰਡ ਨੂੰ ਬਾਕੀ ਸਾਰਿਆਂ ਨੂੰ ਸ਼ੋਰ ਹੋ ਗਿਆ ਵੀ ਇਹ ਚੁਬਾਰਾ ਸਾਡੇ ਪਿੰਡ ਨਹੀਂ ਪੈ ਸਕਦਾ। ਫਿਰ ਕਾਰਨ ਇਹ ਸੀ ਵੀ ਸਾਡੇ ਦਰਵਾਜ਼ਾ ਨਹੀਂ ਸੀਗਾ, ਫਿਰ ਦਰਵਾਜ਼ਾ ਵੀ ਪਾ ਦਿੱਤਾ, ਉਸ ਤੋਂ ਬਾਅਦ ਵੀ ਇਹ ਸਾਡੇ ਡੈਥ ਹੋ ਗਈ ਅਤੇ ਤਾਂ ਕਰਕੇ ਮੁੜ ਕੇ ਸਾਡੇ ਇਹ ਸ਼ੋਰ ਹੋ ਗਿਆ ਵੀ ਸਾਡੇ ਬਾਕੀ ਬਹੁਤ ਵੱਡਾ ਭਾਰੀ ਨੁਕਸਾਨ ਹੁੰਦਾ ਆ ਅਤੇ ਫਿਰ ਮੁੜ ਲੋਕਾਂ ਨੇ ਚੁਬਾਰਾ ਪਾਉਣਾ ਸਾਡੇ ਬੰਦ ਕਰ ਦਿੱਤਾ। ਇੱਕ ਤਾਂ ਨੁਕਸਾਨ ਬਹੁਤ ਜ਼ਿਆਦਾ ਵੱਡਾ ਜਾਨੀ ਨੁਕਸਾਨ ਹੁੰਦਾ, ਉਹ ਵੱਖਰੀ ਗੱਲ ਆ ਵੀ ਚਲੋ ਘਰ ਦੇ ਵਿੱਚ ਨਹੀਂ ਵੀ ਮਤਲਬ ਕਾਰੋਬਾਰ ਨਹੀਂ ਚੱਲਦਾ, ਭਾਰੀ ਨੁਕਸਾਨ ਕਰਕੇ ਸਾਡੇ ਲੋਕ ਇਹ ਪਿੱਛੇ ਮੁੜ ਗਏ। ਉਧਰ ਇਸ ਬਾਰੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਚੁਬਾਰਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਸਮੇਂ ਅਚਾਨਕ ਹੀ ਉਹਨਾਂ ਦੇ ਭਰਾ ਅਤੇ ਪਿਤਾ ਦੀ ਮੌਤ ਹੋ ਗਈ। ਨਹੀਂ ਸਾਡੇ ਨਾਲ ਇਹ ਬੀਤੀ ਹੈ, ਸਾਡੇ ਨਾਲ ਇਹ ਬੀਤੀ ਹੈ ਜੀ। ਪਹਿਲਾਂ ਅਸੀਂ ਆਪਣੀ ਤਿਆਰੀ ਕਰੀ ਕੁਛ ਟਾਈਮ ਪਹਿਲਾਂ, ਸਮਾਨ ਲਿਆ ਕੇ ਘਰ ਰੱਖ ਲਿਆ, ਗਾਰਡਰ ਵਾਲੇ ਜੋ ਵੀ ਹੈ, ਉਹ ਸਾਡਾ ਬਜ਼ੁਰਗ ਸੀ ਮੇਰਾ ਡੈਡੀ, ਉਹ ਉਸਦਾ ਰਿਹਾ ਕਰ ਰੋਜ਼ ਵੀ ਕਦੋਂ ਪਾਉਂਗੇ। ਜਦੋਂ ਅਸੀਂ ਸ਼ੁਰੂ ਕਰਨ ਲੱਗੇ ਦੂਜੇ ਦਿਨ ਸ਼ੁਰੂ ਕਰਨਾ ਸੀ, ਇੱਕ ਦਿਨ ਪਹਿਲੀ ਚਲਿਆ ਗਿਆ ਘਰੋਂ, ਉਹਦੀ ਮੌਤ ਹੋ ਗਈ। ਚਲੋ ਸਾਡੇ ਸਾਨੂੰ ਇਹ ਸੀ ਵੀ ਅਸੀਂ ਕਿਹੜਾ ਪਾਇਆ ਹਲ, ਤਾਂ ਵੈਸੇ ਚਾਣਚੱਕ ਹੋ ਗਈ ਮੌਤ। ਉਸ ਤੋਂ ਬਾਅਦ ਫਿਰ ਅਸੀਂ ਨੇ ਆਪਣੇ ਕੋਠੀ ਉੱਪਰ ਚੁਬਾਰਾ ਪਾਇਆ, ਪਾ ਕੇ ਚੁਬਾਰਾ ਹਲ ਅਸੀਂ ਨੇ ਕੋਈ ਰੈਸ ਨਹੀਂ ਕੀਤੀ, ਕੋਈ ਪੱਥਰ ਨਹੀਂ ਲਾਇਆ, ਭਾਈ ਦੀ ਡੈਥ ਹੋ ਗਈ। ਫਿਰ ਅਸੀਂ ਉਹ 'ਚ ਇਸ ਕਰਕੇ ਡਰ ਗਏ, ਉਹ ਡਰਨ ਤੋਂ ਬਾਅਦ ਅਸੀਂ ਨੇ ਫਿਰ ਆਪਣਾ ਉਹ ਚੁਬਾਰਾ ਢਾਹਿਆ ਵੀ। ਹੋਰ ਪਿੰਡ ਪਾਏ ਸਾਡੇ 2-3 ਚੁਬਾਰੇ ਹੋਰ ਪਾਏ, ਉਹਨਾਂ ਨੇ ਵੀ ਢਾਹ ਲਏ, ਉਹਨਾਂ ਦੀ ਵੀ ਮੌਤ ਹੋਈ ਹੈ। ਹੁਣ ਮਨ 'ਚ ਡਰ ਹੈ ਵੀ ਕਿਸੇ ਕਿਸਮ ਦਾ ਵੀ ਅਸੀਂ ਇਹ ਕੰਮ ਨਹੀਂ ਕਰਨਾ। ਉੱਧਰ ਦੂਜੇ ਪਾਸੇ ਉੱਘੇ ਜੋਤਿਸ਼ ਮਨੋਹਰ ਲਾਲ ਸ਼ਰਮਾ ਨੇ ਦੱਸਿਆ ਕਿ ਪਿੰਡ 'ਚ ਕੋਈ ਵੀ ਸ਼ਰਾਬ ਵਾਲੀ ਗੱਲ ਨਹੀਂ ਹੈ। ਉਹਨਾਂ ਦੱਸਿਆ ਕਿ ਜਦੋਂ ਵੀ ਅਸੀਂ ਕੋਈ ਪਿੰਡ ਬੰਨਦੇ ਹਾਂ ਤਾਂ ਸਭ ਤੋਂ ਪਹਿਲਾਂ ਨਗਰ ਖੇੜਾ ਬੰਨਿਆ ਜਾਂਦਾ ਹੈ ਅਤੇ ਸੁਰਾਜਪੁਰ ਪਿੰਡ 'ਚ ਖੇੜੇ ਦਾ ਅਸਥਾਨ ਸਭ ਤੋਂ ਉੱਚਾ ਹੋਣਾ ਚਾਹੀਦਾ ਤੇ ਫਿਰ ਪਿੰਡ 'ਚ ਕੋਈ ਵੀ ਅਜਿਹੀ ਮੰਦਭਾਗੀ ਘਟਨਾ ਨਹੀਂ ਵਾਪਰੇਗੀ। ਦੇਖੋ ਐਸਾ ਹੈ, ਇਹ ਕੋਈ ਸ਼ਰਾਬ ਵਾਲੀ ਗੱਲ ਨਹੀਂ ਹੋ ਸਕਦੀ ਹੈ। ਜਦ ਵੀ ਅਸੀਂ ਕੋਈ ਸ਼ਹਿਰ ਬਣਦੇ ਹਾਂ, ਕੋਈ ਪਿੰਡ ਬਣਦਾ, ਕੋਈ ਨਗਰ ਬਣਦਾ, ਸਭ ਤੋਂ ਪਹਿਲਾਂ ਨਗਰ ਖੇੜੇ ਦਾ ਸਥਾਨ ਬਣਦਾ ਹੈ। ਤਾਂ ਉਸ ਪਿੰਡ ਦੇ ਵਿੱਚ ਨਗਰ ਖੇੜੇ ਦਾ ਸਥਾਨ ਜਿਹੜਾ ਹੈ ਪਿੰਡ ਨਾਲੋਂ ਉੱਚਾ ਹੋਣਾ ਚਾਹੀਦਾ।
ਨਗਰ ਖੇੜੇ ਦਾ ਸਥਾਨ ਜਿਨ ਉੱਚਾ ਕਰਕੇ ਉਸ ਤੋਂ ਨੀਵਾਂ ਜਿਹੜਾ ਮਰਜ਼ੀ ਚਵਾਰਾ ਪਾ ਲੈਣ, ਕੋਈ ਨੁਕਸਾਨ ਨਹੀਂ ਹੋ ਸਕਦਾ। ਤਾਂ ਉਹਨਾਂ ਨੂੰ ਸ਼ਰਾਪ ਵਾਲੀ ਕੋਈ ਗੱਲ ਨਹੀਂ ਹੈ। ਇਹ ਲੋਕਾਂ ਦੇ ਅਖੌਤੀ ਗੱਲਾਂ ਹੈਗੀਆਂ ਨੇ, ਲੋਕਾਂ ਨੇ ਡਰਾਏ ਹੋਏ ਨੇ, ਐਸਾ ਕੁਛ ਨਹੀਂ ਹੋ ਸਕਦਾ। ਉਹਨਾਂ ਦੇ ਪਿੰਡ ਦਾ ਜੋ ਨਗਰ ਖੇੜਾ ਹੈ ਉਸ ਨੂੰ ਉੱਚਾ ਕਰਕੇ ਬਣਾ ਦੇਣ, ਉਸ ਤੋਂ ਨੀਚੇ ਜਿੰਨੇ ਮਰਜ਼ੀ ਚਵਾਰੇ ਪਾ ਸਕਦੇ ਨੇ, ਉਸ ਤੋਂ ਉੱਚਾ ਨਾ ਕੋਈ।